ਹਾਂਜੀ ਵੈਲਕਮ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਸੋ ਡਿਸਕਸ ਕਰਾਂਗੇ ਜੀ ਪੰਜਾਬ ਹੈਲਥ ਡਿਪਾਰਟਮੈਂਟ ਵੱਲੋਂ ਜੋ 2156 ਪੋਸਟਾਂ ਕੱਢੀਆਂ ਗਈਆਂ ਨੇ ਸੋ ਉਹਨਾਂ ਦੇ ਵਿੱਚ ਕਿਹੜੇ ਕਿਹੜੇ ਸਟਾਫ ਨਰਸ ਪੈਰਾਮੈਡੀਕਲ ਸਟਾਫ ਲੈਬ اٹੈਂਡੈਂਟ ਮਲਟੀਪਲ ਹੈਲਥ ਵਰਕਰਸ ਇਹਨਾਂ ਸਾਰਿਆਂ ਦੇ ਹਿੱਸੇ ਕਿੰਨੀਆਂ-ਕਿੰਨੀਆਂ ਪੋਸਟਾਂ ਆਈਆਂ ਨੇ ਜਿਹੜੇ ਹਾਲੇ ਨਵੀਂ ਅਪਡੇਟ ਆ ਰਹੀ ਆ ਸੋ ਉਸ ਤੋਂ ਪਹਿਲਾਂ ਰਿਕੁਐਸਟ ਹੈ ਜਿਹੜੇ ਸਟੂਡੈਂਟ ਤੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਆਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਜੀ ਤੇ ਆਪਣੇ ਇੰਸਟਾਗ੍ਰam ਤੇ ਟੈਲੀਗ੍ਰam ਚੈਨਲਾਂ ਨੂੰ ਜ਼ਰੂਰ ਜੁਆਇਨ ਤੇ ਫੋਲੋ ਕਰ ਲਿਓ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਣਗੇ ਸੋ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਹਾਂਜੀ ਆਪਾਂ ਪਹੁੰਚ ਗਏ ਹਾਂ ਜੀ ਆਫੀਸ਼ੀਅਲ ਨੋਟੀਫਿਕੇਸ਼ਨ ਦੇ ਉੱਤੇ ਸੋ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਨਾ ਮਾਂ ਵੀ ਇਹ ਜਿਹੜੀ ਲਿਸਟ ਪਾਈ ਆ ਪੰਜਾਬ ਗਵਰਨਮੈਂਟ ਨੇ ਇਹ ਪਾਈ ਗਈ ਪੰਜਾਬ ਗਵਰਨਮੈਂਟ ਹੈਲਥ ਫੈਮਿਲੀ ਐਂਡ ਵੈਲਫੇਅਰ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇ ਉੱਤੇ ਪਾਈ ਗਈ ਹੈ ਇਹ ਡੀਆਰਐਮਈ ਤੇ ਨਹੀਂ ਪਾਈ ਗਈ ਸੋ ਕਾਫੀ ਸਾਰੇ ਬੱਚੇ ਕਹਿ ਰਹੇ ਆ ਕਿ ਡੀਆਰਐਮਈ ਤੇ ਲਿਸਟ ਸ਼ੋ ਨਹੀਂ ਹੋ ਰਹੀ ਸੋ ਇਹ ਜੀ ਪੰਜਾਬ ਗਵਰਨਮੈਂਟ ਹੈਲਥ ਫੈਮਿਲੀ ਐਂਡ ਵੈਲਫੇਅਰ ਜੋ ਉਹਨਾਂ ਦੀ ਵੈਬਸਾਈਟ ਆ ਉਹਦੇ ਤੇ ਅਪਲੋਡ ਕੀਤੀ ਗਈ ਆ ਸੋ ਆਪਾਂ ਦੇਖ ਲੈਣੇ ਆ ਜੀ ਜਿਹੜੀਆਂ ਪਹਿਲੀਆਂ ਪੋਸਟਾਂ ਮੈਂ ਆ ਦੇਖੋ ਨੰਬਰ 1 ਤੇ ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈਲਫੇਅਰ ਪੰਜਾਬ ਠੀਕ ਹੈ ਜੀ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੋਸਟਾਂ ਨੇ ਜਿਹੜੀਆਂ ਨੰਬਰ 1 2 3 4 ਸੋ ਇਹਦੇ ਵਿੱਚ ਤੁਸੀਂ ਚੈੱਕ ਕਰੋਗੇ ਮਲਟੀਪਲ ਹੈਲਥ ਵਰਕਰਸ ਨੇ ਜਿਹੜੇ ਉਹਨਾਂ ਦੀਆਂ 806 ਪੋਸਟਾਂ ਕੱਢੀਆਂ ਗਈਆਂ ਜਿਹੜੀਆਂ ਕਿ ਗਿਣਤੀ ਦੇ ਵਿੱਚ ਸਭ ਤੋਂ ਜ਼ਿਆਦਾ ਨੇ ਠੀਕ ਹੈ ਜੀ ਸੋ ਇਹਨਾਂ ਨੂੰ ਜ਼ਰੂਰ ਤਿਆਰੀ ਹਾਰਡ ਕਰ ਦੇਣੀ ਚਾਹੀਦੀ ਆ ਸੋ ਇਸ ਤੋਂ ਬਾਅਦ ਜਿਹੜੀਆਂ ਇੰਪੋਰਟੈਂਟ ਪੋਸਟਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਮੈਡੀਕਲ ਲੈਬੋਰਟਰੀ ਟੈਕਨੀਸ਼ੀਅਨਸ ਗ੍ਰੇਡ 2 ਇਹਨਾਂ ਦੀਆਂ ਵੀ 170 ਪੋਸਟਾਂ ਕੱਢੀਆਂ ਗਈਆਂ ਨੇ ਠੀਕ ਹੈ ਜੀ ਇਸ ਤੋਂ ਬਾਅਦ ਓਟੀ ਅਸਿਸਟੈਂਟ ਦੀਆਂ 63 ਤੇ ਓਪਥੈਲਮਿਕ ਅਫੀਸਰ ਦੀਆਂ 83 ਪੋਸਟਾਂ ਕੱਢੀਆਂ ਗਈਆਂ ਨੇ ਉੱਪਰ ਤੁਸੀਂ ਦੇਖ ਸਕਦੇ ਹੋ ਬਲਾਕ ਐਕਸਟੈਂਸ਼ਨ ਐਜੂਕੇਟਰ ਦੀਆਂ 34 ਤੇ ਰੈਫਰਿਜਰੇਟਰ ਮਕੈਨਿਕ ਦੀਆਂ 7 ਠੀਕ ਹੈ ਜੀ ਸੋ ਇਹ ਹੈਲਥ ਡਿਪਾਰਟਮੈਂਟ ਵੱਲੋਂ ਪੋਸਟਾਂ ਕੱਢੀਆਂ ਗਈਆਂ ਕਲਰਕ ਦੀਆਂ ਪੋਸਟਾਂ ਵੀ ਨੇ 7 ਨੰਬਰ ਤੇ ਇਹ ਵੀ ਕਾਫੀ ਗਿਣਤੀ ਦੇ ਵਿੱਚ ਨੇ 277 ਪੋਸਟਾਂ ਸੋ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਨੇ ਨੈਕਸਟ ਆਪਸ਼ਨ ਦਿੱਤਾ ਵਾ ਹੋਮਿਓਪੈਥੀ ਡਿਪਾਰਟਮੈਂਟ ਪੰਜਾਬ ਸੋ ਹੋਮਿਓਪੈਥੀ ਡਿਪਾਰਟਮੈਂਟ ਪੰਜਾਬ ਦੇ ਵਿੱਚ ਕਿਹੜੀਆਂ-ਕਿਹੜੀਆਂ ਨੇ ਹੋਮਿਓਪੈਥੀ ਮੈਡੀਕਲ ਆਫੀਸਰ 42 ਪੋਸਟਾਂ ਹੋਮਿਓਪੈਥੀ ਡਿਸਪੈਂਸਰੀ ਕਲਰਕ ਠੀਕ ਹੈ ਜੀ ਇਹਦੀਆਂ 60 ਪੋਸਟ ਸੌਰੀ ਹੋਮਿਓਪੈਥੀ ਡਿਸਪੈਂਸਰ ਇਹਦੀਆਂ 60 ਪੋਸਟਾਂ ਨੇ ਕਲਰਕ ਦੀਆਂ 5 ਪੋਸਟਾਂ ਨੇ ਠੀਕ ਹੈ ਜੀ ਸੋ ਇਸ ਤੋਂ ਬਾਅਦ ਕੰਪਿਊਟਰ ਆਪਰੇਟਰ ਦੀਆਂ ਵੀ ਪੋਸਟਾਂ ਨੇ ਨੰਬਰ 4 ਤੇ ਇਹ 6 ਪੋਸਟਾਂ ਐ ਨੇ ਠੀਕ ਹੈ ਜੀ ਸੋ ਇਸ ਤੋਂ ਬਾਅਦ ਆਪਾਂ ਚੱਲਦੇ ਆਂ ਆਯੁਰਵੈਦਿਕ ਡਿਪਾਰਟਮੈਂਟ ਦੇ ਵਿੱਚ ਸਾਰੇ ਡਿਪਾਰਟਮੈਂਟਾਂ ਦੀ ਲਿਸਟ ਆ ਜੀ ਤੁਸੀਂ ਧਿਆਨ ਨਾਲ ਦੇਖ ਲੈਣਾ ਹੋਵੇਗਾ ਜਿਹੜੇ ਵੀ एलिजिਬਲ ਕੈਂਡੀਡੇਟ ਨੇ ਉਹ ਆਪਣੀ ਆਪਣੀ ਪੋਸਟ ਲਈ ਅਪਲਾਈ ਕਰ ਸਕਦੇ ਆ ਅਪਲਾਈ ਕਿੱਦਾਂ ਕਰਨਾ ਵਾ ਇਹ ਵੀ ਸਾਰਾ ਪ੍ਰੋਸੈਸ ਤੁਹਾਨੂੰ ਦੱਸਿਆ ਜਾਵੇਗਾ ਸੋ ਨੰਬਰ 1 ਤੇ ਡਾਇਰੈਕਟਰ of ayurveda ayurvedic medical officer 126 ਠੀਕ ਹੈ ਜੀ urban medical officer 17 ਤੇ apved 358 ਪੋਸਟਾਂ ਨੇ ਠੀਕ ਹੈ ਜੀ ਸੋ ਨੰਬਰ 4 ਤੇ ਤੁਸੀਂ ਦੇਖ ਸਕਦੇ ਹੋ ਸਟੈਨੋ ਦੀਆਂ ਪੋਸਟਾਂ ਨੇ 3 ਕਲਰਕ ਦੀਆਂ 29 ਸਟਾਫ ਨਰਸ ਹਾਂਜੀ ਇਸ ਡਿਪਾਰਟਮੈਂਟ ਦੇ ਵਿੱਚ ਸਟਾਫ ਨਰਸ ਦੀਆਂ ਵੈਕੈਂਸੀਆਂ ਵੀ ਨਿਕਲੀਆਂ ਨੇ ਜਿਹੜੀਆਂ ਜਿਨ੍ਹਾਂ ਦੀ ਗਿਣਤੀ 16 ਵਾ ਠੀਕ ਹੈ ਜੀ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਬਹੁਤ ਜਲ ਸਟਾਫ ਨਰਸ ਦੀਆਂ ਹੋਰ ਵੀ ਵੈਕੈਂਸੀਆਂ ਆਊਟ ਹੋਣ ਵਾਲੀਆਂ ਨੇ ਸੋ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਨਾਲ ਹਰ ਇੱਕ ਅਪਡੇਟ ਤੁਹਾਨੂੰ ਦਿੱਤੀ ਜਾਵੇਗੀ ਠੀਕ ਹੈ ਜੀ ਸਭ ਤੋਂ ਪਹਿਲਾਂ ਸੋ so, ਨੰਬਰ 4 ਤੇ ਕਮਿਸ਼ਨ ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਪੰਜਾਬ ਇਹਦੇ ਵਿੱਚ ਪੋਸਟਾਂ ਨੇ ਜੀ ਨੰਬਰ 1 ਤੇ ਡਰੱਗਜ਼ ਕੰਟਰੋਲ ਅਫੀਸਰ ਤਿੰਨ ਪੋਸਟਾਂ ਨੇ ਅਸਿਸਟੈਂਟ ਕਮਿਸ਼ਨਰ ਫੂਡ ਸਪਲਾਈ 11 ਪੋਸਟਾਂ ਨੇ ਫੂਡ ਸੇਫਟੀ ਅਫੀਸਰ ਪੰਜ ਪੋਸਟਾਂ ਨੇ ਟੋਟਲ 19 ਪੋਸਟਾਂ ਨੇ ਠੀਕ ਹੈ ਜੀ ਸੋ ਇਸ ਤੋਂ ਬਾਅਦ ਜਿਹੜਾ 5 ਨੰਬਰ ਤੇ ਆਪਸ਼ਨ ਆਉਂਦਾ ਡਾਇਰੈਕਟਰ ਫੂਡ ਐਂਡ ਡਰੱਗ ਲੈਬੋਰੀਟਰੀ ਖਰੜ ਠੀਕ ਹੈ ਜੀ ਪਬਲਿਕ ਐਨਾਲਾਈਜ਼ਡ ਪੰਜਾਬ ਇੱਥੇ ਪੋਸਟਾਂ ਜਿਹੜੀਆਂ ਨਿਕਲੀਆਂ ਨੇ ਐਨਾਲਾਈਜ਼ਡ ਫੂਡ ਸੇਫਟੀ ਦੀਆਂ 4 ਕਲਰਕ ਦੀਆਂ 6 ਨੇ ਜੀ ਲੈਬ ਅਟੈਂਡੈਂਟ ਦੀਆਂ ਇੱਥੇ ਫੇਰ ਪੋਸਟਾਂ ਆ ਗਈਆਂ 18 ਟੋਟਲ 28 ਪੋਸਟਾਂ ਨੇ ਮਤਲਬ ਇਹ 2156 ਜਿਹੜੀਆਂ ਪੋਸਟਾਂ ਨੇ ਇਹ ਨਵੀਆਂ ਪੋਸਟਾਂ ਕੱਢੀਆਂ ਗਈਆਂ ਨੇ ਹੈਲਥ ਡਿਪਾਰਟਮੈਂਟ ਦੇ ਵਿੱਚ ਠੀਕ ਹੈ ਜੀ ਸੋ 2156 ਪੋਸਟਾਂ ਤੇ ਭਰਤੀ ਹੋਣ ਜਾ ਰਹੀ ਆ ਹੈਲਥ ਡਿਪਾਰਟਮੈਂਟ ਦੇ ਵਿੱਚ ਸੋ ਇਹਦੇ ਵਿੱਚ ਸਟਾਫ ਨਰਸ ਦੀਆਂ ਸਿਰਫ 16 ਪੋਸਟਾਂ ਹੀ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਠੀਕ ਹੈ ਜੀ ਇਸ ਲਿਸਟ ਦੇ ਵਿੱਚ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਸਟਾਫ ਨਰਸ ਤੇ ਵਾਰਡ اٹੈਂਡੈਂਟ ਦੀਆਂ ਹੋਰ ਵੀ ਪੋਸਟਾਂ ਦੀ ਲਿਸਟ ਜਾਰੀ ਹੋਊਗੀ ਬਟ ਮਲਟੀਪਲ ਹੈਲਥ ਵਰਕਰਸ ਨੇ ਜਿਹੜੇ ਉਹਨਾਂ ਦੀਆਂ 806 ਪੋਸਟਾਂ ਨੇ ਸੋ ਇਹਨਾਂ ਪੋਸਟਾਂ ਦੇ ਮਲਟੀਪਲ ਹੈਲਥ ਵਰਕਰ ਵਾਲੇ ਜ਼ਰੂਰ ਤਿਆਰੀ ਅਭਤੀ ਤੇਜ਼ ਕਰ ਦੇਣ ਸੋ ਜਿੱਥੋਂ ਤੱਕ ਇਹਨਾਂ ਦਾ ਅਪਲਾਈ ਕਰਨ ਦਾ ਤੇ ਅੱਗੇ ਨੋਟੀਫਿਕੇਸ਼ਨ ਇਹ ਹਲੇ ਜੀ ਇਹਨਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਨੂੰ ਮਿਲਿਆ ਵਾ ਮੇਬੀ ਸ਼ਾਇਦ ਹੈ ਸੋ ਉਹਨਾਂ ਨੇ ਇਹਨਾਂ ਦੀ ਭਰਤੀ ਸਟਾਰਟ ਕਰਨੀ ਆ ਆਨਲਾਈਨ ਜਿੱਦਾਂ ਹੀ ਫਾਰਮ ਫਿਲ ਹੋਣ ਦਾ ਉਹਨਾਂ ਦਾ ਅਪਲੋਡ ਕਰਦੇ ਆ ਪਰਫਾਰਮਾ ਜਾਂ ਕੋਈ ਆਪਸ਼ਨ ਆਉਂਦਾ ਉਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਤਾਂ ਆਪਾਂ ਨਾਲ ਦੀ ਨਾਲ ਤੁਹਾਨੂੰ ਅਪਡੇਟ ਕਰ ਦੇਵਾਂਗੇ ਸੋ ਤੁਸੀਂ ਚੈਨਲ ਦੇ ਨਾਲ ਜੁੜੇ ਰਹੋ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਦਬਾ ਲਵੋ ਹਰ ਇੱਕ ਲੇਟੈਸਟ ਅਪਡੇਟ ਮੈਡੀਕਲ ਫੀਲਡ ਨਾਲ ਜੁੜੀ ਹੋਈ ਆਪਾਂ ਲੈ ਕੇ ਆਉਨੇ ਆ ਸਭ ਤੋਂ ਪਹਿਲਾਂ ਸੋ ਉਮੀਦ ਕਰਦੇ ਆ ਅੱਜ ਡਿਟੇਲ ਦੇ ਵਿੱਚ ਜੋ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਆ ਤੇ ਇਹ ਤੁਹਾਨੂੰ ਵਧੀਆ ਲੱਗੀ ਹੋਗੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਮਿਲਦੇ ਆਂ ਜੀ ਫਿਰ ਨੈਕਸਟ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਨਵੀਂ ਅਪਡੇਟ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਨੂੰ ਨਾਲ ਦੀ ਨਾਲ ਰਿਕੁਐਸਟ ਹੈ ਆਪਣਾ ਦੂਸਰਾ ਚੈਨਲ ਨਰਸਿੰਗ ਕੈਰੀਅਰ ਜਿਹੜਾ ਕਿ ਸਟਾਫ ਨਰਸ ਐਗਜ਼ਾਮ ਪ੍ਰੈਪਰੇਸ਼ਨ ਦੇ ਲਈ ਸਪੈਸ਼ਲੀ ਆਪਾਂ ਬਣਾਇਆ ਵਾ ਉਸ ਨੂੰ ਵੀ ਜ਼ਰੂਰ ਜੁਆਇਨ ਕਰ ਲਿਓ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ